ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ। ਅੱਜ ਖੁੰਬਾਂ ਦੀ ਵੀਡੀਓ ਸ਼ੂਟ ਕਰ ਰਹੇ ਸੀਗੇ, ਪਰ ਇੱਕ ਹੋਰ ਮੋਟੀਵੇਸ਼ਨਲ ਪੁਆਇੰਟ ਤੁਹਾਨੂੰ ਐਡ ਕਰ ਦਈਏ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ। ਇਹ ਵੀਰ ਗੁਰਪ੍ਰੀਤ ਜੀ ਦੇ ਮਦਰ ਜੀ ਆ, ਜਿਹੜੇ ਕਿ ਪੂਰਾ ਕੰਮ ਦੇ ਵਿੱਚ ਹੱਥ ਵਟਾਉਂਦੇ ਆ। ਤੇ ਮਾਤਾ ਜੀ ਕਿਵੇਂ ਆ ਖੇਤੀ? ਇਹ ਫਿਰ ਠੀਕ ਆ, ਲਾਹੇਵੰਦ ਆ? ਠੀਕ ਹੈ। ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ, ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ। ਫਸਲਾਂ ਦੇ ਨਾਲ ਜਿੰਨੇ ਵੀ ਹੋਰ ਕਿੱਤੇ ਆ ਉਹਨਾਂ ਦੇ ਨਾਲ ਸੰਬੰਧਿਤ ਜਾਣਕਾਰੀਆਂ, ਸਹਾਇਕ ਧੰਦੇ ਜਿਹੜੇ ਖੇਤੀ ਦੇ ਵਿੱਚ ਹੋ ਸਕਦੇ ਆ ਉਹਨਾਂ ਦੇ ਤੁਹਾਨੂੰ ਮੈਂ ਆਪਣੇ ਚੈਨਲ ਤੇ ਵੀਡੀਓ ਦੇ ਰਾਹੀਂ ਇਨਫੋਰਮੇਸ਼ਨ ਦਿੰਦੇ ਰਹਿੰਦੇ ਆ। ਪਰ ਇੱਕ ਫੇਰ ਅੱਜ ਨਵੀਂ ਵੀਡੀਓ ਜਿਹਦੇ ਵਿੱਚ ਖੁੰਬਾਂ ਦੀ ਖੇਤੀ ਦੀ ਗੱਲ ਕਰਾਂਗੇ। ਹਰ ਇੱਕ ਚੀਜ਼ ਦਾ ਇੱਕ ਸਮਾਂ, ਉਹਦੇ ਵਿੱਚ ਮਿਹਨਤ ਆ, ਉਹਦੇ ਵਿੱਚ ਪੈਸੇ ਦਾ ਖਰਚਾ, ਉਹ ਆਪਾਂ ਸਾਰੀਆਂ ਗੱਲਾਂ ਤੇ ਚਰਚਾ ਕਰਦੇ ਹਾਂ। ਤੇ ਅੱਜ ਉਸੇ ਤਰ੍ਹਾਂ ਹੀ ਇੱਕ ਮਿਹਨਤੀ ਕਿਸਾਨ ਵੀਰ ਦੇ ਖੇਤ ਚ ਨਹੀਂ, ਆਪਾਂ ਸ਼ੈੱਡ ਚ ਆਏ ਹੋਏ ਆ, ਜਿੱਥੇ ਕਿ ਉਹਨਾਂ ਨੇ ਖੁੰਬਾਂ ਦੀ ਖੇਤੀ ਕੀਤੀ ਹੋਈ ਹੈ। ਤੇ ਉਹਨਾਂ ਦਾ ਨਾਂ ਗੁਰਪ੍ਰੀਤ ਸਿੰਘ ਹੈ, ਪਿੰਡ ਹਰਦੋ ਸਰਲੀ ਹੈ ਤੇ ਨੇੜੇ ਜੰਡਿਆਲਾ ਗੁਰੂ ਆ। ਤੁਸੀਂ ਉਹਨਾਂ ਨੂੰ ਪਰਸਨਲੀ ਵੀ ਰੀਚ ਕਰ ਸਕਦੇ ਹੋ, ਲੋਕੇਸ਼ਨ ਮੈਂ ਜ਼ਿਆਦਾ ਡਿਸਕ੍ਰਿਪਸ਼ਨ ਦੇ ਵਿੱਚ ਜਿਹੜੀ ਆ ਉਹ ਪਾ ਦੇਵਾਂਗਾ। ਪਰ ਜਿਹੜੀ ਮੇਨ ਗੱਲ ਵੀ ਖੇਤੀ ਤੋਂ ਕੁਛ ਹਟ ਕੇ ਕੀਤਾ ਜਾਵੇ ਤੇ ਕੀ ਕੀਤਾ ਜਾਵੇ, ਉਹਦੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੇ ਬਾਰੇ ਵੀ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ। ਤੇ ਵੀਰ 5 ਸਾਲ ਤੋਂ ਇਸ ਕਿੱਤੇ ਨੂੰ ਆਪਣੇ ਹੱਥੀਂ ਹੰਢਾ ਚੁੱਕੇ ਆ, ਕਿਵੇਂ ਸੇਲ ਕਰਦੇ ਆ, ਕਿਵੇਂ ਪੈਦਾ ਕਰਦੇ ਆ, ਕੀ ਮੁਸ਼ਕਲਾਂ ਆਉਂਦੀਆਂ ਜਾਂ ਕੀ ਨਵਾਂ ਕਰਨ ਦੀ ਲੋੜ ਆ। ਜਿਹੜੇ ਵੀਰਾਂ ਨੇ ਨੂੰ ਇਸ ਗੱਲ ਦਾ ਜਾਗ ਜਿਹਾ ਲੱਗਿਆ ਕਿ ਖੁੰਬਾਂ ਦੀ ਖੇਤੀ 'ਚ ਫਾਇਦਾ ਕਿੰਨਾ ਕੁ, ਫਾਇਦਾ ਕਿੰਨਾ ਕੁ ਪੈਸਾ ਲੱਗਦਾ ਤੇ ਕਿੰਨੇ ਕੁ ਪੈਸਿਆਂ ਦੀ ਰਿਕਵਰੀ ਤੁਸੀਂ ਪਹਿਲੇ ਸੀਜ਼ਨ 'ਚ ਕਰ ਸਕਦੇ ਹੋ, ਕਿਉਂਕਿ ਹਰੇਕ ਕੰਮ ਦੇ ਵਿੱਚ ਤੁਹਾਨੂੰ ਦੁਨੀਆ ਫੇਲ ਪਾਸ ਮਿਲ ਜਾਂਦੀ ਆ, ਪਰ ਕੁਛ ਲੋਕਾਂ ਦੇ ਜਿਹੜੇ ਕੰਮ ਕਰਨ ਦੇ ਨਜ਼ਰੀਏ ਆ, ਤੁਸੀਂ ਉਹਦੇ ਤੋਂ ਆਪਣੇ ਆਪ ਨੂੰ ਇੱਕ ਬਹੁਤ ਹੀ ਵਧੀਆ ਪੁਆਇੰਟ ਕਲੈਕਟ ਕਰਕੇ ਦੇ ਸਕਦੇ ਹੋ ਕਿ ਮਿਹਨਤ ਦਾ ਜਿਹੜਾ ਮੁੱਲ ਹੈ ਉਹ ਪੈਂਦਾ, ਪਰ ਉਹਨੂੰ ਪਾਉਣ ਦਾ ਤਰੀਕਾ ਤੁਹਾਨੂੰ ਆਉਣਾ ਚਾਹੀਦਾ। ਸੋ ਇਸ ਤਰ੍ਹਾਂ ਦੇ ਜਿਹੜੇ ਫਾਰਮ ਜਿਨ੍ਹਾਂ ਨੂੰ ਇਹ ਤਰੀਕਾ ਆਇਆ ਹੋਇਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨ ਲਈ ਪਹੁੰਚੇ ਹੋਏ, ਉਹਨਾਂ ਦੇ ਫਾਰਮ ਤੇ ਆਪਾਂ ਦੇਖਦੇ ਹਾਂ ਵੀ ਉਹ ਖੁੰਬਾਂ ਦੀ ਖੇਤੀ ਕਿਸ ਤਰ੍ਹਾਂ ਕਰਦੇ ਆ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਵੀਰ ਜੀ ਤੁਸੀਂ ਆਪਣੇ ਬਾਰੇ ਇੰਟਰੋਡਕਸ਼ਨ ਦਿਓ ਵੀ ਤੁਹਾਡਾ ਪਿੰਡ, ਨਾਮ, ਡਿਸਟ੍ਰਿਕਟ ਜਿਹੜਾ ਪੈਂਦਾ। ਮੇਰਾ ਨਾਂ ਜੀ ਗੁਰਪ੍ਰੀਤ ਸਿੰਘ ਹੈ ਜੀ, ਪਿੰਡ ਸਾਡਾ ਸਰਲੀ ਕਲਾਂ ਵਾ, ਡਿਸਟ੍ਰਿਕਟ ਤਰਨ ਤਾਰਨ, ਤਹਿਸੀਲ ਖਡੂਰ ਸਾਹਿਬ ਹੈ ਜੀ ਆਪਣਾ ਜੀ। ਤੇ ਇਹ ਖੁੰਬਾਂ ਦਾ ਕੰਮ ਤੁਸੀਂ ਕਿੰਨਵੀਂ ਵਾਰ ਕਰ ਰਹੇ ਹੋ? ਇਸ ਵਾਰ ਜੀ ਸਾਨੂੰ 5ਵਾਂ ਸਾਲ ਹੈ ਖੁੰਬਾਂ ਦੀ ਖੇਤੀ ਕਰਦੇ ਹੋਏ ਜੀ। ਪਹਿਲੇ ਸਾਲ ਵੀ ਏਡਾ ਹੀ ਕੰਮ ਸ਼ੁਰੂ ਕੀਤਾ ਸੀ ਜਿਹੜਾ ਤੁਸੀਂ ਹੁਣ ਕਾਫੀ ਵੱਡਾ ਸ਼ੈੱਡ ਪਾਇਆ ਹੋਇਆ? ਨਹੀਂ ਜੀ, ਪਹਿਲੇ ਸਾਲ ਅਸੀਂ 20 ਕੁਇੰਟਲ ਕੰਪੋਸਟ ਤੋਂ ਕੰਮ ਚਾਲੂ ਕੀਤਾ ਸੀ। ਠੀਕ ਹੈ। ਉਸ ਤੋਂ ਬਾਅਦ ਅਸੀਂ ਵਧਾਉਂਦੇ ਫਿਰ 100 ਕੁਇੰਟਲ ਕੰਪੋਸਟ ਕੀਤੀ, ਫਿਰ 150 ਕੀਤੀ, ਫਿਰ 200, ਇਸ ਵਾਰ ਸਾਡੇ ਕੋਲ 300 ਕੁਇੰਟਲ ਕੰਪੋਸਟ ਹੈ ਜੀ। ਠੀਕ ਹੈ। ਜਿਹੜੇ ਵੀਰ ਨਵੀਂ ਖੇਤੀ ਦੀਆਂ ਵੀਡੀਓ ਦੇਖ ਲੈਂਦੇ ਆ, ਕਈ ਵਾਰ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਇਸ ਤਰ੍ਹਾਂ ਦੀਆਂ ਪਾਈਆਂ ਹੁੰਦੀਆਂ ਵੀ ਗੱਲ ਬਾਹਲੀ ਵਧਾ ਚੜਾ ਕੇ ਦੱਸੀ ਹੁੰਦੀ ਆ, ਪਰ ਕਿਸਾਨ ਵੀਰੋ ਮੈਂ ਵੀ ਵੱਧ ਤੋਂ ਵੱਧ ਕੋਸ਼ਿਸ਼ ਕਰਦਾ ਕਿ ਜਿਹੜੀ ਅਸਲੀ ਧਰਤੀ ਲੈਵਲ ਤੇ, ਗਰਾਊਂਡ ਲੈਵਲ ਤੇ ਜਿਹੜੀ ਸੱਚਾਈ ਆ ਤੁਹਾਡੇ ਸਾਹਮਣੇ ਰੱਖੀ ਜਾਵੇ। ਤੇ ਵੀਰ ਜੀ ਤੁਸੀਂ ਪਹਿਲਾਂ ਮੈਨੂੰ ਇੰਨਾ ਕੁ ਦੱਸੋ ਵੀ ਤੁਸੀਂ ਜਿਹੜਾ ਸਭ ਤੋਂ ਪਹਿਲੀ ਵਾਰ 20 ਕੁਇੰਟਲ ਵਾਲਾ ਕੰਮ ਸਟਾਰਟ ਕੀਤਾ, ਉਹਦੇ ਵਿੱਚ ਕਿੰਨਾ ਖਰਚ ਕਰਕੇ ਕਿੰਨਾ ਪੈਸਾ ਕਮਾਇਆ? ਤੁਸੀਂ ਇਹਨੂੰ ਹੱਥੀਂ ਹੰਢਾ ਲਿਆ ਵੀ ਇਹਦੇ 'ਚ ਕੰਮ 'ਚ ਨੁਕਸਾਨ ਨਹੀਂ, ਫਾਇਦਾ ਹੈਗਾ? ਹਾਂਜੀ ਫਾਇਦਾ ਵਾ ਜੀ, ਪਰ ਇਸ ਕੰਮ 'ਚ ਆਪਾਂ ਨੂੰ ਫਾਇਦਾ ਇਸ ਕਰਕੇ ਆ ਵੀ ਆਪਾਂ ਨੂੰ ਪੂਰੀ ਨੌਲੇਜ ਹੋਵੇ ਇਸ ਕੰਮ ਦੀ। ਜਿਸ ਵੀ ਨਵੇਂ ਬੰਦੇ ਨੇ ਇਸ ਦੀ ਕੰਮ ਦੀ ਸਟਾਰਟਿੰਗ ਕਰਨੀ ਆ, ਉਹਨੂੰ ਥੋੜਾ ਬਹੁਤਾ ਆਪ ਦਾ ਤਜਰਬਾ ਹੋਵੇ, ਉਸ ਤੋਂ ਬਾਅਦ ਇਹ ਕੰਮ ਸਟਾਰਟਿੰਗ ਕਰੇ, ਕਿਉਂਕਿ ਇਹ ਕੰਮ ਸਾਰਾ ਨੌਲੇਜ ਦਾ ਵਾ ਔਰ ਦਿਮਾਗ ਦਾ ਕੰਮ ਆ, ਇਹ ਮਿਹਨਤ ਦਾ ਕੰਮ ਆ ਸਾਰਾ। ਇਸ ਤੋਂ ਆਪਾਂ ਕੁਝ 2-4 ਘੰਟੇ ਇੱਧਰ ਉੱਧਰ ਹੋਏ, ਆਪਣਾ ਸਾਰਾ ਜੋ ਮਤਲਬ ਫਸਲ ਆ ਸਾਰੀ ਖਰਾਬ ਹੋ ਸਕਦੀ ਆ। ਠੀਕ ਹੈ। ਇਸ ਨੂੰ ਹਵਾ ਨਾ ਲੱਗੀ 2 ਘੰਟੇ ਤਾਂ ਵੀ ਇਸ ਦਾ ਮਤਲਬ ਜੋ ਕਾਰਬਨ ਡਾਈਆਕਸਾਈਡ ਵਗੈਰਾ ਜੋ ਸ਼ੈੱਡ 'ਚ ਬਣ ਗਈ, ਖੁੰਬਾਂ ਦੀ ਜੋ ਕੁਆਲਿਟੀ ਆ ਉਹ ਥੱਲਿਓ ਨੀਚੇ ਪਰਦਾ ਖੁੱਲਣ ਲੱਗ ਜਾਣਾ ਵਾ, ਜੇ ਆਪਾਂ ਇਸ ਨੂੰ ਪਾਣੀ ਨਹੀਂ ਲਾਉਂਦੇ, ਇਸ ਦਾ ਰੰਗ ਔਰ ਵਜਨ ਵਗੈਰਾ ਸਭ ਕੁਝ ਹੌਲਾ ਪਊਗਾ। ਇਸ ਕਰਕੇ ਆਪਾਂ ਨੂੰ ਥੋੜੀ ਬਹੁਤੀ ਨੌਲੇਜ ਜ਼ਰੂਰ ਚਾਹੀਦੀ ਆ, ਇਹ ਕਿੰਨੇ ਟੈਂਪਰੇਚਰ 'ਚ ਚੱਲਣਾ ਵਾ, ਕਿੰਨੀ ਆਪਾਂ ਨੂੰ ਨਮੀ ਚਾਹੀਦੀ ਆ, ਕਿੰਨੀ ਇਸ ਸ਼ੈੱਡ ਨੂੰ ਹਵਾ ਚਾਹੀਦੀ ਆ, ਇਹ ਜਾਣਕਾਰੀ ਆਪਾਂ ਨੂੰ ਜ਼ਰੂਰੀ ਪ੍ਰੋਪਰ ਚਾਹੀਦੀ ਆ। ਇਹ ਜਾਣਕਾਰੀ, ਮੁੱਢਲੀ ਜਾਣਕਾਰੀ ਜਿਹੜੀ ਇਹ ਟ੍ਰੇਨਿੰਗ ਦੇ ਰੂਪ ਵਿੱਚ ਇਹ ਕਿੱਥੋਂ ਮਿਲਦੀ ਆ ਫਾਰਮਰ ਵੀਰ ਨੂੰ? ਇਸ ਦੀ ਟ੍ਰੇਨਿੰਗ ਜੋ ਆ ਉਹ ਲੁਧਿਆਣਾ ਯੂਨੀਵਰਸਿਟੀ ਇਸ ਦੀ ਟ੍ਰੇਨਿੰਗ ਪ੍ਰੋਵਾਈਡ ਕਰਵਾਉਂਦੀ ਹੈ। ਹਾਂਜੀ, ਉਹ ਲੁਧਿਆਣਾ ਯੂਨੀਵਰਸਿਟੀ ਜੋ ਆ ਉਹ ਟ੍ਰੇਨਿੰਗ ਦਿੰਦੀ ਹੈ, ਇਸ ਦੀ 5 ਦਿਨ ਦੀ ਟ੍ਰੇਨਿੰਗ ਹੁੰਦੀ ਹੈ ਜੀ ਲੁਧਿਆਣਾ ਯੂਨੀਵਰਸਿਟੀ। ਠੀਕ ਹੈ ਜੀ। ਮੋਟਾ ਮੋਟਾ ਮੈਂ ਤੁਹਾਡੇ ਨਾਲ ਇੱਕ ਜੱਟੂ ਭਾਸ਼ਾ ਦੇ ਵਿੱਚ ਇੱਕ ਫੱਟ ਗੱਲ ਕਰਾਂ ਕਿ
ਜੇ ਆਪਾਂ ਖੇਤੀ ਕਰਨੀ ਤਾਂ ਉਹਦੇ ਲਈ ਧਰਤੀ ਚਾਹੀਦੀ ਆ, ਪਰ ਇਹਦਾ ਕੋਈ ਧਰਤੀ ਦੇ ਨਾਲ ਮੈਨੂੰ ਜ਼ਿਆਦਾ ਸੰਬੰਧ ਨਹੀਂ ਲੱਗ ਰਿਹਾ, ਕਿਉਂਕਿ ਥੋੜੇ ਥਾਂ ਦੇ ਵਿੱਚ ਤੁਸੀਂ ਮਲਟੀ ਲੇਅਰ ਬੈੱਡ ਪਾ ਕੇ ਇਹ ਕੰਮ ਸਟਾਰਟ ਕੀਤਾ ਹੋਇਆ। ਹਾਂਜੀ, ਇਹਨੂੰ ਬੇਸਿਕ ਚੀਜ਼ਾਂ ਕੀ ਚਾਹੀਦੀਆਂ ਸ਼ੁਰੂ ਕਰਨ ਲਈ? ਇਹਦੇ ਵਿੱਚ ਜੀ ਆਪਾਂ ਨੂੰ ਇੱਕ ਪਰਾਲੀ ਚਾਹੀਦੀ ਹੈ ਜ਼ਿਆਦਾ, ਇੱਕ ਬਾਂਸ, ਇੱਕ ਢੀਂਗਣ ਵਗੈਰਾ, ਇਹ ਸ਼ੈੱਡ ਤਿਆਰ ਕਰਨ ਲਈ। ਹਾਂਜੀ, ਇਹ ਤਿੰਨ ਚੀਜ਼ਾਂ ਆਪਾਂ ਨੂੰ ਮਤਲਬ ਚਾਹੀਦੀਆਂ ਵਾ, ਬਾਕੀ ਜੋ ਵੀ ਚੀਜ਼ ਹੈ ਇਸ ਦੀ ਸਭ ਬਜ਼ਾਰੀ ਜੋ ਤਰਪਾਲ ਵਗੈਰਾ ਵਾ, ਰੱਸੀ ਵਗੈਰਾ ਵਾ, ਉਹ ਸਭ ਆਪਾਂ ਨੂੰ ਬਾਜ਼ਾਰ ਚ ਮਿਲ ਜਾਣੀ ਆ। ਢੀਂਗਣ ਆਪਾਂ ਨੂੰ ਔਰ ਪਰਾਲੀ ਵਗੈਰਾ ਉਹ ਘਰ ਦੀ ਤਿਆਰ ਚਾਹੀਦੀ ਆ, ਬਾਂਸ ਵਗੈਰਾ ਵੀ ਚਲੋ ਮਾਰਕੀਟ ਚ ਮਿਲ ਜਾਂਦੇ ਆ। ਜਿਸ ਵੀ ਵੀਰ ਨੇ ਇਸ ਦਾ ਕੰਮ ਚਾਲੂ ਕਰਨਾ ਹੋਵੇ ਉਹ ਢੀਂਗਣ ਦੀ ਬਿਜਾਈ ਪਹਿਲਾਂ ਜ਼ਰੂਰ ਕਰੇ, ਇਸ ਦੇ ਢੀਂਗਣ ਦੀ ਬਿਜਾਈ ਜੋ ਛੱਤਾਂ ਤੇ ਔਰ ਸਾਈਡਾਂ ਵਗੈਰਾ ਤੇ ਸਾਰੇ ਢੀਂਗਣ ਦੀ ਜੋ ਆ ਸਾਰੀ ਮਤਲਬ ਢੀਂਗਣ ਨਾਲ ਕਰ ਦੇ। ਠੀਕ ਹੈ ਜੀ, ਜਿਹੜਾ ਤੁਸੀਂ ਸ਼ੈੱਡ ਪਾਇਆ ਹੋਇਆ ਇਹਦਾ ਸਾਈਜ਼ ਕੀ ਹੈ ਜੀ, ਕਿੰਨੇ ਬਾਏ ਕਿੰਨੇ ਕਰਮ ਫੁੱਟ ਚ ਲੱਗਿਆ? ਇਹ ਜੀ ਇਸ ਦੀ ਜੋ ਚੌੜਾਈ ਆ ਉਹ 40 ਫੁੱਟ ਚੌੜਾਈ ਆ, ਉਸ ਦੇ ਵਿੱਚ 40 ਫੁੱਟ ਚੌੜਾਈ ਦੇ ਵਿੱਚ ਆਪਾਂ 5-5 ਫੁੱਟ ਦੇ ਬੈੱਡ ਲਗਾਏ ਹੋਏ ਆ ਚਾਰ ਜ਼ਮੀਨ ਤੋਂ ਉੱਪਰ। ਜਿਹੜੀ ਇਸ ਦੀ ਲੰਬਾਈ ਆ ਉਹ 70 ਫੁੱਟ ਆ ਔਰ ਬੈੱਡਾਂ ਦੀ ਲੰਬਾਈ ਜੋ ਆ ਉਹ ਆ 65 ਫੁੱਟ। ਤੋ ਆਪਾਂ ਇਸ ਤੁਸੀਂ ਵੇਖ ਸਕਦੇ ਜੀ ਇਸ ਦੀਆਂ ਜੋ ਖੁੱਲੀਆਂ ਗਲੀਆਂ ਛੱਡੀਆਂ ਹੋਈਆਂ ਵਾ, 3-4 ਫੁੱਟ ਦੀ ਆਪਾਂ ਗਲੀ ਛੱਡੀ ਆ, ਆਸਾਨੀ ਨਾਲ ਤੜਾਈ ਕੀਤੀ ਜਾ ਸਕੇ। ਜੇ ਇਧਰੋਂ ਆਪਾਂ ਤੜਾਈ ਕਰਦੇ ਆ ਇੱਕ ਸਾਈਡ ਇਧਰ ਦੀ ਕਲੀਅਰ ਹੁੰਦੀ ਆ, ਦੂਸਰੀ ਸਾਈਡ ਫਿਰ ਆਪਾਂ ਗਲੀ ਛੱਡੀ ਆ, ਦੂਸਰੀ ਸਾਈਡ ਬੈੱਡ ਦੀ ਜੋ ਆ ਉਸ ਨਾਲ ਆਪਾਂ ਉਧਰੋਂ ਤੜਾਈ ਕਰ ਸਕਦੇ, ਮਤਲਬ ਇੱਕ ਬੈੱਡ ਨੂੰ ਦੋਨਾਂ ਸਾਈਡਾਂ ਤੋਂ ਤੜਾਈ ਕੀਤੀ ਜਾ ਸਕਦੀ। ਹਾਂਜੀ, ਇੱਕ ਬੈੱਡ ਨੂੰ ਆਪਾਂ ਦੋਹੀ ਤਰ੍ਹਾਂ ਤੋਂ ਮਤਲਬ ਤੜਾਈ ਇਧਰੋਂ ਵੀ ਕਰਦੇ ਆ ਜੀ ਉਧਰੋਂ ਵੀ ਕਰਦੇ ਆ, ਇਸ ਲਈ ਇਹਦੀਆਂ ਆਪਾਂ ਗਲੀਆਂ ਛੱਡੀਆਂ ਹੋਈਆਂ। ਬੈੱਡ ਦੇ ਵਿੱਚ ਜਿਹੜਾ ਮਟੀਰੀਅਲ ਪਾਇਆ ਹੋਇਆ ਜਿਹਦੇ ਵਿੱਚ ਖੁੰਬਾਂ ਨੇ ਜਰਮੀਨੇਸ਼ਨ ਕੀਤੀ ਹੈ, ਉਗਰੀਆਂ ਹੋਈਆਂ, ਡਿਵੈਲਪ ਹੋ ਰਹੀਆਂ, ਇਹ ਮਟੀਰੀਅਲ ਕਿਹੜਾ ਤੇ ਬਣਦਾ ਕਿਵੇਂ ਆ? ਇਹ ਜੀ ਆਪਾਂ ਇਸ ਨੂੰ ਤੂੜੀ ਤੋਂ ਤਿਆਰ ਕਰਦੇ ਆ ਜੀ, ਆਪਾਂ ਇਸ ਦੀ ਜੋ ਸੁੱਕੀ ਤੂੜੀ ਆ ਨਾ ਉਸ ਨੂੰ ਆਪਾਂ ਸੁੱਕੀ ਤੂੜੀ ਦੀ 50 ਕੁਇੰਟਲ ਦੀ ਆਪਾਂ ਢੇਰੀ ਲਗਾਉਂਦੇ ਆ ਇੱਕ, ਤੇ ਉਹ ਤੋਲ ਕੇ ਲਗਾਉਂਦੇ ਆ, ਅਟੇ ਸਟੇ ਨਹੀਂ, ਮਤਲਬ ਉਹਦਾ ਆਪਾਂ ਕੋਈ ਵੀ ਅਟਾ ਸਟਾ ਨਹੀਂ ਮਾਰਦੇ। ਇਸ ਦੀ ਜੋ ਵੀ ਆ ਗਿਣਤੀ ਮਿਣਤੀ ਚ ਇਹਦਾ ਸਾਰਾ ਕੰਮ ਕਰਨਾ ਵਾ। ਇਹ ਆਪਾਂ ਸੁੱਕੀ ਤੂੜੀ ਜੋ ਆ 50 ਕੁਇੰਟਲ ਸੁੱਕੀ ਤੂੜੀ ਲੈਣੇ ਆ ਜੀ, ਉਸ ਦੇ ਵਿੱਚ ਯੂਰੀਆ ਵਗੈਰਾ, DAP, ਪੋਟਾਸ਼, ਅਨਮੋਨੀਅਮ ਸਲਫੇਟ, ਚੌਕਰ ਵਗੈਰਾ ਸਭ ਕੁਝ ਹੀ ਤੂੜੀ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਅਸੀਂ ਇਸ ਨੂੰ ਪਾਉਂਦੇ ਹਾਂ। ਫਿਰ ਮੁਰਗੀ ਵਗੈਰਾ ਦੀ ਖਾਦ ਜੋ ਵਿੱਠਾ ਵਗੈਰਾ ਵੀ ਵਰਤਦੇ ਹਾਂ ਇਸ ਵਿੱਚ ਅਸੀਂ, ਉਸ ਤੋਂ ਬਾਅਦ ਸੀਰਾ ਵਰਤਦੇ ਹਾਂ ਜੀ। ਠੀਕ ਹੈ ਜੀ, ਇਸ ਤਰ੍ਹਾਂ ਇਸ ਦੀ ਕੰਪੋਸਟ ਅਸੀਂ ਬਣਾਉਂਦੇ ਹਾਂ ਔਰ ਇਸ ਦੀਆਂ ਅਸੀਂ 9 ਪਾਲਟੀਆਂ ਕਰਦੇ ਹਾਂ, 1 ਮਹੀਨੇ 'ਚ ਇਸ ਦੀ ਕੰਪੋਸਟ ਤਿਆਰ ਕਰਦੇ ਹਾਂ ਔਰ 9 ਪਾਲਟੀਆਂ ਮਤਲਬ ਲਗਾ ਕੇ ਫਿਰ ਇਸ ਦੀ ਕੰਪੋਸਟ ਤਿਆਰ ਹੋ ਜਾਂਦੀ ਆ। ਕੰਪੋਸਟ ਤਿਆਰ ਹੋਣ ਤੋਂ ਬਾਅਦ ਅਸੀਂ ਇਸ ਦਾ ਸ਼ੈੱਡ ਵਗੈਰਾ ਤਿਆਰ ਕਰਦੇ ਹਾਂ ਔਰ ਬੈੱਡ ਵਗੈਰਾ ਬਣਾ ਕੇ ਉਹਨਾਂ ਦੇ ਉੱਤੇ ਤਰਪਾਲ ਵਿਛਾ ਕੇ 7 ਇੰਚੀ ਕੰਪੋਸਟ ਦੀ ਲੇਅਰ ਵਿਛਾਉਂਦੇ ਹਾਂ ਉਹਦੇ ਉੱਤੇ, ਇੱਕ ਬੈੱਡ ਦੇ ਉੱਪਰ। ਹਾਂਜੀ, ਉਸ ਦੇ ਉੱਤੇ ਆਪਾਂ 7 ਇੰਚੀ ਦੀ ਲੇਅਰ ਵਿਛਾ ਕੇ ਉਸ ਦੇ ਵਿੱਚ ਇਸ ਦਾ ਜੋ ਬੀਜ ਆ ਉਸ ਨੂੰ ਆਪਾਂ ਉਸ ਦੇ ਵਿੱਚ ਮਿਲਾਉਂਦੇ ਆ, ਬਾਅਦ ਦੇ ਵਿੱਚ ਮਿਲਾਇਆ ਜਾਂਦਾ। ਹਾਂਜੀ, ਬਾਅਦ ਦੇ ਵਿੱਚ ਪਹਿਲਾਂ ਕੰਪੋਸਟ ਜੋ ਹੁੰਦੀ ਆ ਨਾ, ਜਿੱਦਾਂ ਆਪਣਾ ਮੰਨ ਲਓ ਉਸ ਨੂੰ ਕੰਪੋਸਟ ਨੂੰ ਆਪਾਂ ਅੰਦਰ ਲਗਾਉਣਾ, ਸਵੇਰੇ ਅੰਦਰ ਲਗਾਉਣਾ, ਉਸ ਨੂੰ ਆਪਾਂ ਸ਼ਾਮ ਨੂੰ ਠੰਡੀ ਕਰ ਦਿੰਦੇ ਆ, ਠੰਡੀ ਕਰਕੇ ਉਸ ਤੋਂ ਬਾਅਦ 1 ਦਿਨ ਕੰਪੋਸਟ ਨੂੰ ਆਪਾਂ ਸ਼ੈੱਡ ਦੇ ਵਿੱਚ ਰਹਿਣ ਦਿੰਦੇ ਆ। ਉਸ ਤੋਂ ਬਾਅਦ ਇਹਦੇ ਵਿੱਚ ਬੀਜ ਰਲਾਉਂਦੇ ਆ ਆਪਾਂ, ਬੀਜ ਰਲਾਉਣ ਤੋਂ ਬਾਅਦ ਇਹਦੇ ਉੱਤੇ ਆਪਾਂ ਨਿਊਜ਼ ਪੇਪਰ ਜਿਸ ਨੂੰ ਆਪਾਂ ਅਖਬਾਰ ਵਗੈਰਾ ਵਿਛਾ ਦਿੰਦੇ ਆ ਜੀ, ਅਖਬਾਰ ਵਿਛਾਉਣ ਤੋਂ ਬਾਅਦ ਇਸ ਦੇ ਉੱਤੇ ਸਪਰੇ ਕਰੀ ਦੀ ਆ, ਪਾਣੀ ਦੀ ਸਪਰੇ ਕਰਕੇ ਆਪਾਂ ਪੇਪਰ ਨੂੰ ਗਿੱਲਾ ਕਰਨਾ ਵਾ, ਉਸ ਨੂੰ 2 ਟਾਈਮ ਜਾਂ 3 ਟਾਈਮ ਪਾਣੀ ਲਗਾ ਕੇ ਆਪਾਂ ਪੇਪਰ ਨੂੰ ਗਿੱਲਾ ਹੀ ਰੱਖਣਾ ਵਾ। ਠੀਕ ਹੈ ਜੀ, ਉਸ ਤੋਂ ਬਾਅਦ ਇਸ ਦਾ ਜੋ ਬੀਜ ਹੈ ਨਾ 15 ਦਿਨ ਬਾਅਦ ਪੂਰੀ ਤਰ੍ਹਾਂ ਤੂੜੀ ਦੇ ਵਿੱਚ ਇਸ ਦਾ ਜੋ ਜਾਲਾ ਵਾ ਇਹ ਤੂੜੀ ਵਿੱਚ ਫੈਲ ਜਾਂਦਾ, ਤੂੜੀ ਜਿਹੜੇ ਜੋ ਕੰਪੋਸਟ ਕਾਲੀ ਆ ਜਾਲਾ ਫੈਲ ਕੇ ਚਿੱਟੀ ਹੋ ਜਾਏਗੀ। ਠੀਕ ਹੈ ਜੀ, ਉਸ ਦੇ ਵਿੱਚ ਆਪਾਂ ਕੇਸਿੰਗ ਕਰਨੀ ਆ 15 ਦਿਨ ਬਾਅਦ ਜਦੋਂ ਆਪਣਾ ਬੀਜ ਚੱਲ ਜਾਂਦਾ ਵਾ, ਉਸ ਤੋਂ ਬਾਅਦ ਆਪਾਂ ਕੇਸਿੰਗ ਕਰਨੀ ਆ। ਕੇਸਿੰਗ ਕਈ ਕਿਸਾਨ ਵੀਰ ਕੋਕੋ ਬੀਟ ਦੀ ਕਰਦੇ ਆ, ਕੋਕੋ ਬੀਟ ਤੋਂ ਬਾਅਦ ਅਸੀਂ ਇਸ ਦੀ ਜੋ ਵੀ ਆ ਕੇਸਿੰਗ ਵਗੈਰਾ ਅਸੀਂ ਰੂੜੀ ਦੀ ਤਿਆਰ ਕਰਦੇ ਆ, ਵਿੱਚ ਸ਼ੈਲਰ ਦੀ ਸਵਾਹ ਮਿਲਾਉਂਦੇ ਆ ਇਹਦੇ ਵਿੱਚ, ਤੇ ਜਿਹੜੀ ਕੰਪੋਸਟ ਆਪਾਂ ਤਿਆਰ ਕੇਸਿੰਗ ਆਪਾਂ ਤਿਆਰ ਕਰਨੀ ਆ ਉਹ 1 ਸਾਲ ਪੁਰਾਣੀ ਰੂੜੀ ਹੋਵੇ ਚੰਗੀ ਤਰ੍ਹਾਂ, ਉਸ ਨੂੰ ਮਤਲਬ ਗੁਡਾਈ ਵਗੈਰਾ ਕਰਕੇ ਉਸ ਰੂੜੀ ਦਾ PH ਵਗੈਰਾ ਪਾਵਰ ਵਗੈਰਾ ਸਾਰੀ ਸੈੱਟ ਕਰਕੇ ਫਿਰ ਅਸੀਂ ਉਸ ਰੂੜੀ ਦੀ ਕੇਸਿੰਗ ਕਰਦੇ ਹਾਂ।
ਕਈ ਕਿਸਾਨ ਵੀਰ ਨਵੀਂ ਰੂੜੀ ਵਰਤ ਜਾਂਦੇ ਆ, ਨਵੀਂ ਰੂੜੀ ਦੇ ਵਿੱਚ ਜਦੋਂ ਵੀ ਆਪਾਂ ਪਾਣੀ ਵਗੈਰਾ ਵਰਤਾਂਗੇ ਉਹ ਸੈੱਟ ਹੋ ਜਾਏਗੀ ਉੱਤੇ, ਉਸ ਦੇ ਬਾਅਦ ਨਾ ਥੱਲੇ ਕੰਪੋਸਟ ਨੂੰ ਹਵਾ ਮਿਲੇਗੀ ਔਰ ਨਾ ਪਿੰਨਾਂ ਹੀ ਤੁਰਨਗੀਆਂ, ਇਸ ਕਰਕੇ ਉਹਨਾਂ ਦੀ ਐਵਰੇਜ ਨਹੀਂ ਸਹੀ ਨਿਕਲਦੀ। ਘੱਟੋ ਘੱਟ ਆਪਾਂ ਨੂੰ 2 ਸਾਲ ਜਾਂ ਸਾਲ ਪੁਰਾਣੀ ਰੂੜੀ ਚੰਗੀ ਤਰ੍ਹਾਂ ਗੋਡੀਆਂ ਉਹਦੀਆਂ ਕੀਤੀਆਂ ਹੋਣ, ਉਸ ਤੋਂ ਬਾਅਦ ਆਪਾਂ ਉਸਨੂੰ ਤਿਆਰ ਕਰਕੇ ਬਰੀਕ ਕਰਕੇ ਛਾਣਨੀ ਲਗਾ ਕੇ ਫਿਰ ਆਪਾਂ ਕੰਪੋਸਟ ਜੋ ਤਿਆਰ ਹੋਇਆ ਜਿਹਦੇ ਵਿੱਚ ਬੀਜ ਚੱਲਿਆ ਹੋਇਆ ਉਸ ਨੂੰ 1-1 ਇੰਚੀ ਜਾਂ 1.5 ਇੰਚੀ ਆਪਾਂ ਉਸਦੀ ਕੇਸਿੰਗ ਕਰਨੀ ਹੈ। ਕੇਸਿੰਗ ਕਰਨ ਤੋਂ ਬਾਅਦ ਆਪਾਂ ਉਸਦਾ ਵੱਤਰ ਬਣਾਉਣਾ ਵਾ, ਐਂ ਕੇਸਿੰਗ ਨੂੰ ਮਤਲਬ ਜਿੰਨਾ ਪਾਣੀ ਚਾਹੀਦਾ, ਪਾਣੀ ਕੰਪੋਸਟ ਤੱਕ ਵੀ ਨਾ ਜਾਵੇ ਕੇਸਿੰਗ ਦੇ ਵਿੱਚ ਹੀ ਰਹੇ, ਓਨਾ ਆਪਾਂ ਇਹਦਾ ਵੱਤਰ ਕਰਨਾ ਡੇਲੀ, ਫਿਰ 1 ਟਾਈਮ ਪਾਣੀ ਲੱਗੇਗਾ। 1 ਟਾਈਮ ਪਾਣੀ ਲਗਾਉਣ ਤੋਂ ਬਾਅਦ ਜਦੋਂ ਆਪਾਂ ਨੂੰ ਜਾਪਦਾ ਵਾ ਵੀ ਪਿੰਨ ਹੈੱਡ ਵਗੈਰਾ ਇਸ 'ਚ ਬੰਨ ਲੱਗ ਗਈਆਂ, ਉਸ ਤੋਂ ਬਾਅਦ ਇਸ ਨੂੰ ਆਪਾਂ ਫਰੈਸ਼ ਏਅਰ ਦੇਣੀ ਆ ਔਰ ਉਸਦੇ ਹਿਸਾਬ ਨਾਲ ਜਿਸ ਹਿਸਾਬ ਨਾਲ ਫਲੈਸ਼ ਆ ਰਿਹਾ ਉਸ ਹਿਸਾਬ ਨਾਲ ਇਸ ਨੂੰ ਆਪਾਂ ਪਾਣੀ ਵਗੈਰਾ ਲਗਾਉਣਾ। ਬ੍ਰਦਰ ਜਿਹੜਾ ਇਹ ਮੈਂ ਦੇਖ ਰਿਹਾ ਖੁੰਬ ਦਾ ਸਾਈਜ਼ ਇਹ ਬਣਿਆ ਹੋਇਆ, ਤੁਸੀਂ ਇਹ ਮਾਰਕੀਟ ਦੇ ਵਿੱਚ ਕਿਸਾਨ ਭਰਾਵੋ ਦੇਖਿਆ ਹੋਊਗਾ ਕਿ ਇਹ ਸਾਈਜ਼ ਆ ਜਿਹੜਾ ਤੁਸੀਂ ਮਾਰਕੀਟ ਦੇ ਵਿੱਚ ਦੇਖਦੇ ਹੋ ਜਿਹੜਾ ਵਿਕਦਾ ਆਮ, ਜਾਂ ਇਹ ਵੀ ਮਚੋਰ ਪਲਾਂਟ ਹੈਗਾ, ਇਹ ਕਿੰਨੇ ਟਾਈਮ ਦੇ ਵਿੱਚ ਤੁਹਾਡਾ ਜਿਹੜਾ ਮਚੋਰ ਪਲਾਂਟ ਹੋ ਜਾਂਦਾ ਬਿਜਾਈ ਕਰਨ ਤੋਂ ਬਾਅਦ? ਬੀਜ ਬਿਜਾਈ ਤੋਂ ਬਾਅਦ ਇਹ ਕੋਈ 1 ਮਹੀਨੇ ਬਾਅਦ ਸਟਾਰਟਿੰਗ ਹੋ ਜਾਂਦੀ ਹੈ ਜੀ ਬਿਜਾਈ ਤੋਂ। ਹਾਂ ਜਿੱਦਾਂ ਮੰਨ ਲਓ ਕੰਪੋਸਟ ਤਿਆਰ ਕਰਨ, ਕੰਪੋਸਟ ਤੋਂ ਇਸ ਦੀ ਉਗਾਈ ਤੱਕ 2.5 ਮਹੀਨੇ ਲੱਗਦੇ ਆ ਜੀ। ਠੀਕ ਹੈ, 2.5 ਮਹੀਨੇ ਬਾਅਦ ਆਪਣੀ ਇਸ ਦੀ ਜੋ ਤੜਾਈ ਚਾਲੂ ਹੋ ਜਾਂਦੀ ਹੈ ਕੰਪੋਸਟ ਤੋਂ ਲੈ ਕੇ, ਮਤਲਬ ਕਿ ਸਟਾਰਟਿੰਗ ਅਕਤੂਬਰ ਦੇ ਵਿੱਚ ਇਹਦੀ ਕੰਪੋਸਟ ਰੈਡੀ ਕਰ ਲੈਣੀ ਆ। ਹਾਂਜੀ, ਰੈਡੀ ਹੋਣੀ ਚਾਹੀਦੀ ਆ। ਹਾਂਜੀ, ਉਦੋਂ 1 ਮਹੀਨਾ ਤੁਹਾਨੂੰ ਐਡਵਾਂਸ ਚੰਦਣਾ ਪੈਣਾ। ਹਾਂਜੀ, ਤੇ ਤੁਸੀਂ ਅਕਤੂਬਰ ਦੇ ਵਿੱਚ ਇਹਦਾ ਸਾਰਾ ਸਿਸਟਮ ਇਹ ਰੈਡੀ ਕਰਕੇ ਰੱਖਿਆ ਤੇ ਅੱਧ ਨਵੰਬਰ ਦੇ ਵਿੱਚ ਜਾ ਕੇ ਤੁਹਾਡੀ ਤੜਾਈ ਸ਼ੁਰੂ ਹੋਣੀ। ਹਾਂਜੀ, ਨਵੰਬਰ 15 ਤੋਂ ਬਾਅਦ ਇਸ ਦੀ ਤੜਾਈ, ਮਤਲਬ ਸੀਜ਼ਨਲੀ ਜੋ ਕੰਮ ਕਰਦੇ ਆ ਕਿਸਾਨ ਵੀਰ, ਇਸ ਦੀ ਤੜਾਈ ਕੋਈ 15 ਨਵੰਬਰ ਤੋਂ ਬਾਅਦ ਇਸ ਦੀ ਤੜਾਈ ਚਾਲੂ ਹੋ ਜਾਂਦੀ ਹੈ। ਠੀਕ ਹੈ ਜੀ, ਮੈਂ ਇੱਕ ਮੋਟੀ ਜੀ 1 ਫੁੱਟ ਫੇਰ ਗੱਲ ਕਰਾਂ, ਕਿਉਂਕਿ ਸਾਰੇ ਕਿਸਾਨ ਭਰਾ ਖੁੰਬਾਂ ਦੀ ਖੇਤੀ ਵਾਲੇ ਨਹੀਂ ਹੈਗੇ, ਪਰ ਇੰਟਰਸਟਿੰਗ ਹੋਣਗੇ ਕੁਛ ਵੱਖਰਾ ਕਰਨ ਚਾਹੁੰਦੇ, ਕਿਉਂਕਿ ਛੋਟੀ ਜ਼ਮੀਨ ਵਾਲਾ ਵੀ ਇਹ ਕੰਮ ਕਰ ਸਕਦਾ। ਛੋਟੀਆਂ ਜ਼ਮੀਨਾਂ ਵਾਲੇ ਆਮ ਤੌਰ ਤੇ ਠੇਕੇ ਦੇ ਜ਼ਮੀਨਾਂ ਲੈਂਦੇ ਆ, ਪਰ ਉਹਨਾਂ ਦੇ ਵਿੱਚ ਵੀ ਅੱਜ 5-7 ਹਜ਼ਾਰ 10 ਹਜ਼ਾਰ ਦੀ ਖੇਡ ਆ, ਬਹੁਤ ਜ਼ਿਆਦਾ ਕੰਪੀਟੀਸ਼ਨ ਆ, ਬਹੁਤ ਜ਼ਿਆਦਾ ਰੇਟ ਵੱਧ ਚੁੱਕੇ ਆ, ਜਿਹਦੇ ਕਰਕੇ ਕੋਈ ਜ਼ਿਆਦਾ ਇਨਕਮ ਨਹੀਂ ਹੁੰਦੀ ਹੈਗੀ। ਪਰ ਇਹਦੇ ਵਿੱਚ ਜਿਹੜਾ ਤੁਹਾਡੀ ਪਹਿਲੀ ਤੁੜਾਈ 15 ਨਵੰਬਰ ਤੋਂ ਜੇਕਰ ਸਟਾਰਟ ਹੁੰਦੀ ਆ, ਕੰਪੋਸਟ ਤਿਆਰ ਕਰਨ ਤੋਂ ਬਾਅਦ 2.5 ਮਹੀਨੇ ਲੱਗ ਜਾਂਦੇ ਆ। ਇਹ ਤੁੜਾਈ ਤੇ ਤੁਹਾਡਾ ਕਿੱਥੋਂ ਤੇ ਕਿੰਨਾ ਖਰਚਾ ਲੈ ਜਾਂਦਾ ਸ਼ੈੱਡ ਬਣਾਉਣ ਦੇ ਵਿੱਚ ਤੇ ਬੀਜ ਪਾਉਣ ਤੇ ਸਾਰਾ ਕੰਪੋਸਟ ਤਿਆਰ ਕਰਨ ਦੇ ਵਿੱਚ? ਇਹ ਜੀ ਸਾਡੇ ਕੋਲ 300 ਕੁਇੰਟਲ ਕੰਪੋਸਟ ਆ ਜੀ, ਇਸ ਦੇ ਵਿੱਚ ਵਿਆਸ ਵਗੈਰਾ ਜੋ ਵੀ ਆ ਸਾਡੇ, ਮਤਲਬ ਕੁਝ ਪਹਿਲਾਂ ਦੇ ਆ, ਕੁਝ ਨਵੇਂ ਲਿਆਉਣੇ ਪੈਂਦੇ ਆ, ਜਿੱਦਾਂ ਮੰਨ ਲਓ ਵਜਨ ਪੈਂਦਾ ਇਹਨਾਂ ਤੇ ਜੀ, ਵਿੱਚੋਂ ਕੁਝ ਟੁੱਟ ਜਾਂਦੇ ਆ, ਕੁਝ ਡੈਮੇਜ ਹੋ ਜਾਂਦੇ ਆ, ਇਸ ਕਰਕੇ ਇਸ ਸਾਲ ਸਾਡੇ ਕੋਲ ਜੋ ਵੀ ਆ ਸਮਾਨ ਵਗੈਰਾ ਬਣਿਆ ਆ ਉਸ ਦੇ ਬਾਅਦ ਵੀ ਸਾਡਾ ਇਸ ਤੇ 1,25,000 ਜਾਂ 30,000 ਰੁਪਇਆ ਮਤਲਬ ਖਰਚ। ਜਿਹੜਾ ਬੰਦਾ ਪਹਿਲੀ ਵਾਰ ਸਾਰਾ ਸਿਸਟਮ ਲਾ ਰਿਹਾ ਉਹਨੂੰ ਤਾਂ ਹਰ ਇੱਕ ਚੀਜ਼ ਨਵੀਂ ਲੈਣੀ ਪਊਗੀ। ਹਾਂਜੀ, ਤਾਂ ਤੁਸੀਂ ਉਹ ਖਰਚ ਦੱਸੋ। ਇਸ ਤੇ ਕੋਈ ਵੀ ਜੋ ਵੀਰ ਤਿਆਰ ਕਰਦਾ ਵਾ ਕੋਈ 1,000 ਤੋਂ 1,200 ਰੁਪਇਆ ਮੰਨ ਕੇ ਚੱਲੇ ਵੀ ਇਸ ਤੇ ਖਰਚਾ ਹੈਗਾ ਵਾ 1 ਕੁਇੰਟਲ ਤੂੜੀ ਤੇ। 1 ਕੁਇੰਟਲ ਤੂੜੀ? ਹਾਂ, 1 ਕੁਇੰਟਲ ਤੂੜੀ। ਇੱਕ ਜਿਹੜੀ ਤੁਸੀਂ ਇਹ ਤੁਸੀਂ ਕਹਿ ਰਹੇ ਹੋ ਵਾਰ ਵਾਰ ਵੀ 7 ਇੰਚ ਦੀ ਲੇਅਰ ਤੁਸੀਂ ਇੱਕ ਬੈੱਡ ਦੇ ਵਿੱਚ ਪਾਈ, ਇਹ 7 ਇੰਚ ਜ਼ਰੂਰੀ ਆ ਵੱਧ ਪਾ ਸਕਦੇ ਜਾਂ ਘੱਟ, ਇਹ ਕੀ ਕਾਰਨ ਆ? ਇਸ ਤੋਂ ਆਪਾਂ ਵੱਧ ਪਾ ਸਕਦੇ ਆ ਜੀ, ਆਪਾਂ ਮੰਨ ਲਓ ਇਸ ਦੀ ਕੰਪੋਸਟ ਦੀ ਲੇਅਰ ਆਪਾਂ ਕਈ ਕਿਸਾਨ ਵੀਰ ਘੱਟ ਰੱਖਦੇ ਆ, ਘੱਟ ਜਦੋਂ ਆਪਾਂ ਮੰਨ ਲਓ ਘੱਟ ਰੱਖਦੇ ਆ, ਜਿੱਦਾਂ ਮੰਨ ਲਓ ਉਸ ਦੇ ਪਹਿਲੇ ਫਲੈਸ਼ 1-2 ਵਧੀਆ ਆਉਣਗੇ, ਉਸ ਤੋਂ ਬਾਅਦ ਉਹਦੀ ਜੋ ਪ੍ਰੋਡਕਸ਼ਨ ਆ ਵਗੈਰਾ ਉਹ ਘੱਟ ਜਾਂਦੀ ਆ, ਕਿਉਂਕਿ ਥੱਲਿਓ ਉਸ ਦੀ ਜੋ ਤਾਕਤ ਹੁੰਦੀ ਆ ਨਾ ਤਾਕਤ ਵਗੈਰਾ ਖਤਮ ਹੋ ਜਾਂਦੀ ਆ। ਜੇ ਮੰਨ ਲਓ ਆਪਾਂ ਇਸ ਦੀ ਲੇਅਰ 7 ਇੰਚੀ ਜਾਂ 8 ਇੰਚੀ ਰੱਖਦੇ ਆ, ਉਹਦੀ ਐਂਡ ਤੱਕ, ਸੀਜ਼ਨ ਦੇ ਐਂਡ ਤੱਕ ਉਸ ਦੀ ਜੋ ਤਾਕਤ ਵਗੈਰਾ ਥੱਲਿਓ ਬਣੀ ਰਹਿੰਦੀ ਆ, ਕੇਸਿੰਗ ਨੂੰ ਤਾਕਤ ਔਰ ਕੰਪੋਸਟ ਨੂੰ ਤਾਕਤ ਮਿਲਦੀ ਰਹਿੰਦੀ ਆ। ਉਸ ਦੇ ਬਾਅਦ ਜੋ ਆਪਣਾ ਸਾਈਜ਼ ਵਗੈਰਾ ਔਰ ਕੁਆਲਿਟੀ ਵਗੈਰਾ ਜੋ ਵੀ ਆ ਉਹ ਸਾਰੀ ਆਪਣੀ ਕੇਸਿੰਗ ਔਰ ਕੰਪੋਸਟ ਔਰ ਹਵਾ ਪਾਣੀ ਦੇ ਹਿਸਾਬ ਨਾਲ ਆਪਣੀ ਕੁਆਲਿਟੀ ਵਗੈਰਾ ਜੋ ਵੀ ਆ ਸਾਰੀ ਉਹ ਆਪਣੇ 'ਤੇ ਡਿਪੈਂਡ ਕਰਦੀ ਆ। ਜਿੰਨੀ ਵੀ ਆਪਾਂ ਇਸ ਦੀ ਕੇਅਰ ਕਰਾਂਗੇ ਉਨੀ ਵਧੀਆ ਆਪਾਂ ਇਸ ਤੋਂ ਕੁਆਲਿਟੀ ਲੈ ਸਕਦੇ ਹਾਂ, ਔਰ ਝਾੜ ਵਗੈਰਾ ਵੀ ਜੋ ਵੀ ਆ ਸਾਰਾ ਆਪਣੀ ਮਤਲਬ ਮਿਹਨਤ ਤੇ ਆ ਆਪਾਂ ਇਸ ਤੋਂ ਕੱਢ ਸਕਦੇ ਹਾਂ। ਠੀਕ ਹੈ, ਕਈ ਮਤਲਬ ਮੰਨ ਲਓ ਕਈ ਵੀਰ ਬੈਗ ਲਗਾਉਂਦੇ ਆ, ਜੋ ਵੀ ਟਰਨਲ ਵਾਲੇ ਬੈਗ ਵਗੈਰਾ ਵੇਚਦੇ ਆ ਉਹ ਕਹਿੰਦੇ ਆ ਇਸ ਦੀ 2.5 ਕਿਲੋ ਐਵਰੇਜ ਨਿਕਲੂਗੀ, 10 ਕਿਲੋ ਬੈਗ ਦੀ 2.5 ਕਿਲੋ ਐਵਰੇਜ ਉਹ ਮਤਲਬ ਕਰਕੇ ਦਿੰਦੇ ਆ ਵੀ 2.5 ਕਿਲੋ ਐਵਰੇਜ ਉਸ ਦੀ ਦੇਵਾਂਗੇ।
ਕਈ ਕਿਸਾਨ ਵੀਰ ਆਪਣੀ ਮਿਹਨਤ ਨਾਲ ਉਸ ਤੋਂ 3 ਕਿਲੋ 3.5-4 ਕਿਲੋ ਤੱਕ ਵੀ ਕੱਢ ਲੈਂਦੇ ਆ। ਬ੍ਰਦਰ ਗੁਰਪ੍ਰੀਤ, ਇਹਦੇ ਵਿੱਚ ਜਿਹੜਾ ਤੁਸੀਂ ਬੀਜ ਪਾਇਆ ਹੋਇਆ, ਇਹ ਕੀ ਰੇਟ ਮਿਲਦਾ, ਕਿੱਥੋਂ ਮਿਲਦਾ ਤੇ ਤੁਸੀਂ ਕਿੰਨਾ ਬੀਜ ਇਹਦੇ ਵਿੱਚ ਯੂਜ਼ ਕਰਦੇ ਹੋ? ਇਸ ਦਾ ਬੀਜ ਜੀ ਸਾਨੂੰ ਇਸ ਵਾਰ ਸੋਨੀਪਤ ਤੋਂ ਡਾਕਟਰ ਪ੍ਰਦੀਪ ਸਿੰਘ ਹੋਣਾ ਘਲਾਇਆ ਜੀ। ਇਸ ਦਾ ਬੀਜ ਜੋ ਆ, 1 ਕੁਇੰਟਲ ਜਿਹੜੀ ਸੁੱਕੀ ਤੂੜੀ ਆ, ਉਸ ਵਿੱਚ ਅਸੀਂ ਇਸ ਦਾ ਬੀਜ 1.5-2 ਕਿਲੋ ਇਸ ਵਿੱਚ ਵਰਤਦੇ ਮਿਕਸ ਕਰਦੇ। ਹਾਂ ਜੀ। ਕੀ ਕੋਸਟ ਕਰਦਾ ਉਹ? ਕੋਸਟ ਕੀ ਕਰਦਾ, ਖਰਚਾ? ਕਿੰਨੇ ਪੈਸਿਆਂ ਦਾ ਕੀ ਰੇਟ ਮਿਲਦਾ ਤੁਹਾਨੂੰ? ਉਸ ਦਾ ਜੋ ਖਰਚਾ ਹੈ, ਉਹ ਬੀਜ ਸਾਨੂੰ 100 ਰੁਪਏ ਕਿਲੋ ਇੱਥੇ ਪਹੁੰਚ ਜਾਂਦਾ ਜੀ। 100 ਰੁਪਏ ਕਿਲੋ ਚ ਸਾਨੂੰ ਇੱਥੇ ਘਰ ਪਹੁੰਚ ਜਾਂਦਾ। ਠੀਕ ਹੈ ਜੀ। ਤੇ ਕਈ ਫਾਰਮਾਂ ਦਾ ਬੀਜ ਸਸਤਾ ਵੀ ਆ, ਕਈ 80 ਰੁਪਏ ਕਿਲੋ ਵੀ ਦਿੰਦੇ ਆ, ਕਈ 85 ਰੁਪਏ ਕਿਲੋ ਵੀ ਦਿੰਦੇ ਆ, ਲੇਕਿਨ ਉਹ ਵੱਖਰੋ ਵੱਖਰੀ ਮਤਲਬ ਡਿਪੈਂਡ ਹੁੰਦਾ ਵਾ ਲੈਬ ਦੇ ਹਿਸਾਬ ਨਾਲ, ਆਪਣੇ ਹਿਸਾਬ ਨਾਲ ਵੀ ਆਪਾਂ ਆਹ ਬੀਜ ਜੋ ਇਸ ਦਾ ਵਰਤਣਾ ਵਾ। ਇਸ ਵਾਰ ਅਸੀਂ ਸਾਡੇ ਕੋਲ ਨਵੇਂ ਡਾਕਟਰ ਡਾਕਟਰ ਪ੍ਰਦੀਪ ਸਿੰਘ ਆਏ ਸੀ ਸੋਨੀਪਤ ਤੋਂ, ਉਹਨਾਂ ਨੇ ਆਪਣੇ ਹਿਸਾਬ ਨਾਲ ਸਾਡੇ ਕੋਲ ਕੰਪੋਸਟ ਵਗੈਰਾ ਤਿਆਰ ਕਰਵਾਈ, ਉਹਨਾਂ ਨੇ ਸਾਨੂੰ ਗਾਈਡ ਕੀਤਾ, ਉਹਨਾਂ ਦਾ ਅਸੀਂ ਬੀਜ ਪਾਇਆ। ਤੋ ਸਾਡੇ ਕੋਲ 1 50 ਕੁਇੰਟਲ ਸ਼ੈੱਡ ਆ, 50 ਕੁਇੰਟਲ ਸੁੱਕੀ ਤੂੜੀ ਦਾ ਸਾਡੇ ਕੋਲ ਸ਼ੈੱਡ ਆ, ਉਹਦੇ ਵਿੱਚ 100-125 ਕੁਇੰਟਲ ਕੰਪੋਸਟ ਤਿਆਰ ਆ ਉਹਦੇ ਵਿੱਚ। ਉਸ ਦੀ ਅਸੀਂ ਇੱਕ ਦਿਨ ਦੀ ਐਵਰੇਜ 2 ਕੁਇੰਟਲ ਤੋਂ ਲੈ ਕੇ 2.5 ਕੁਇੰਟਲ ਤੱਕ ਖੁੰਬ ਇੱਕ ਦਿਨ ਦੀ ਅਸੀਂ ਉਸ ਸ਼ੈੱਡ ਚੋਂ ਕੱਢੀ ਆ। ਇਸ ਤੋਂ ਵਧੀਆ ਕਿਸੇ ਵੀ ਬੀਜ ਦੀ ਸਾਨੂੰ ਪ੍ਰੋਡਕਸ਼ਨ ਨਹੀਂ ਮਿਲੀ, ਉਸਨਾਂ ਦਾ ਬੀਜ ਪਹਿਲੀ ਵਾਰ ਅਸੀਂ ਵਰਤਿਆ ਔਰ ਬਹੁਤ ਹੀ ਵਧੀਆ ਉਸਦੇ ਰਿਜ਼ਲਟ ਵੀ ਮਿਲੇ। ਹਰ ਸਮੇਂ ਸਾਨੂੰ ਗਾਈਡ ਕਰਦੇ ਆ, ਇਸ ਤਰ੍ਹਾਂ ਇਸ ਨੂੰ ਹਵਾ ਲਗਾਓ, ਪਾਣੀ ਲਗਾਓ, ਜਾਂ ਇੱਦਾਂ ਕਰੋ, ਇੱਦਾਂ ਕਰੋ, ਹਰ ਇੱਕ ਸਾਨੂੰ ਜਾਣਕਾਰੀ ਦਿੰਦੇ ਆ ਔਰ ਬਹੁਤ ਹੀ ਵਧੀਆ ਇਨਸਾਨ ਆ। ਇੰਨਾ ਸਾਨੂੰ ਕਿਸੇ ਵੀ ਲੈਬ ਵਾਲੇ ਨੇ ਸਾਨੂੰ ਕੋਈ ਮਤਲਬ ਗਾਈਡ ਨਹੀਂ ਕੀਤਾ ਜਿੰਨਾ ਉਹਨਾਂ ਨੇ ਸਾਨੂੰ ਇਸ ਵਾਰ ਗਾਈਡ ਕੀਤਾ। ਬਹੁਤ ਵਧੀਆ ਇਨਸਾਨ ਨੇ ਔਰ ਬਹੁਤ ਵਧੀਆ ਉਹਨਾਂ ਦੇ ਬੀਜ ਦਾ ਝਾੜ ਵਗੈਰਾ ਬਹੁਤ ਵਧੀਆ। ਇਸ ਵਾਰ ਸਾਡਾ ਸੀਜ਼ਨ ਬਹੁਤ ਵਧੀਆ ਰਿਹਾ। ਬ੍ਰਦਰ ਮੈਂ ਥੋੜ੍ਹਾ ਤੁਹਾਨੂੰ ਰੋਕਣਾ ਚਾਹਾਂਗਾ, ਕਿਉਂਕਿ ਪਿਛਲੀ ਵਾਰ ਕਰੋਨਾ ਦੇ ਕਰਕੇ ਕਾਫੀ ਸਾਰੇ ਵੀਰਾਂ ਦਾ ਲੋਸ ਹੋ ਗਿਆ, ਕਿਉਂਕਿ ਮਾਰਕੀਟ ਬੰਦ ਹੋ ਗਈ, ਇੱਕਦਮ ਸ਼ਟਡ ਹੋ ਗਈ, ਝਟਕਾ ਲੱਗਿਆ ਸੀ, ਪਰ ਇਸ ਵਾਰ ਘੱਟੋ ਘੱਟ ਤੇ ਵੱਧੋ ਵੱਧ ਕੀ ਰੇਟ ਰਿਹਾ ਤੁਹਾਡਾ, ਇਸ ਵਾਰ ਦਾ ਸੀਜ਼ਨ ਕੀ ਕਹਿੰਦਾ? ਇਸ ਵਾਰੀ ਜਦੋਂ ਸਾਡੀ ਸਟਾਰਟਿੰਗ ਤੜਾਈ ਹੋਈ ਸੀ, ਸਾਡੀ 21 ਨਵੰਬਰ ਤੋਂ ਸਾਡੀ ਤੜਾਈ ਹੋਈ ਸੀ ਜੀ, ਉਸ ਸਮੇਂ ਸਾਡਾ ਰੇਟ ਜੋ ਸੀ, ਸਟਾਰਟਿੰਗ ਜੋ ਰੇਟ ਸੀ, ਇਸ ਵਾਰ 150 ਰੁਪਏ ਕਿਲੋ ਸੀ ਜੀ, ਜੋ ਕਿ ਜਦੋਂ ਤੋਂ ਵੀ ਅਸੀਂ 4-5 ਸਾਲ ਤੋਂ ਕੰਮ ਕਰ ਰਹੇ ਹਾਂ, ਇੰਨਾ ਸਾਨੂੰ ਰੇਟ ਕਿਸੇ ਵੀ ਸੀਜ਼ਨ 'ਚ ਸਾਨੂੰ ਨਹੀਂ ਸੀ ਮਿਲਿਆ। ਇਸ ਵਾਰ ਕਈ ਕਿਸਾਨ ਵੀਰਾਂ ਨੇ ਕਰੋਨਾ ਦਾ ਕਰਕੇ ਕੰਮ ਪਹਿਲੇ ਨਹੀਂ ਸਟਾਰਟ ਕੀਤਾ, ਉਸ ਤਰ੍ਹਾਂ ਕਰਕੇ ਇਸ ਵਾਰ ਖੁੰਬ ਦੀ ਲਾਗਤ ਜੋ ਪੈਦਾਵਾਰ ਸੀ ਘੱਟ ਸੀ। ਉਸ ਤੋਂ ਬਾਅਦ ਜਦੋਂ ਮੰਨ ਲਓ ਥੋੜ੍ਹੀ ਜਿਹੀ ਸਰਕਾਰ ਨੇ ਢਿੱਲ ਦਿੱਤੀ, ਫਿਰ ਕਿਸਾਨ ਵੀਰਾਂ ਨੇ ਮਤਲਬ ਕੰਮ ਚਾਲੂ ਕੀਤਾ, ਤੋ ਉਸ ਤੋਂ ਬਾਅਦ ਰੇਟ ਥੋੜ੍ਹਾ ਜਿਹਾ ਡਾਊਨ ਪਿਆ ਸਾਡਾ, ਕੋਈ ਫਿਰ ਵੀ 90 ਰੁਪਏ 100 ਰੁਪਏ ਕਿਲੋ ਵਿਕਦੀ ਰਹੀ। ਹੁਣ ਸੀਜ਼ਨ ਦਾ ਐਂਡ ਆ, ਇਸ ਟਾਈਮ ਵੀ ਸਾਡਾ ਜੋ ਰੇਟ ਆ 125 ਤੋਂ ਲੈ ਕੇ 150 ਰੁਪਏ ਕਿਲੋ ਤੱਕ ਹੁਣ ਵੀ ਵਿਕ ਰਹੀ ਆ। ਕਿਸਾਨ ਭਰਾਵੋ, ਵੀਰ ਨੇ ਵਡਮੁੱਲੀ ਜਾਣਕਾਰੀ ਆਪਣੇ ਨਾਲ ਸਾਂਝੀ ਕੀਤੀ ਹੈ, ਤੁਸੀਂ ਇਹਨਾਂ ਦਾ ਫਾਰਮ ਵੀ ਵਿਜਿਟ ਕਰ ਸਕਦੇ ਹੋ, ਪਰ ਮੇਰਾ ਆਖਰੀ ਸਵਾਲ ਕਿ ਪੂਰਾ ਤੁਹਾਡਾ 60x40 ਦਾ ਜੋ ਸ਼ੈੱਡ ਆ, ਇਹਦੇ ਵਿੱਚ ਤੁਹਾਡਾ ਜੋ ਵੀ ਲੇਬਰ ਦਾ ਖਰਚਾ ਲੱਗਿਆ, ਬੀਜ ਦਾ ਖਰਚਾ, ਕੰਪੋਸਟ ਦਾ ਖਰਚਾ, ਬਿਜਲੀ ਦਾ ਖਰਚਾ, ਜਾਂ ਤੁਸੀਂ ਡੇਲੀ ਇਹਨੂੰ ਮੈਨੇਜ ਕਰ ਰਹੇ ਹੋ, ਤੁਸੀਂ ਇਹਨੂੰ ਪੈਕਿੰਗ ਕਰਕੇ 200-200 ਗ੍ਰਾਮ ਦੀ ਮਾਰਕੀਟ ਦੇ ਰਹੇ ਹੋ, ਤਾਂ ਟੋਟਲ ਖਰਚਾ ਤੇ ਬਚਤ ਦਾ ਆਪਾਂ ਕੀ ਹਿਸਾਬ ਕਿਤਾਬ ਦੇਖਦੇ ਹਾਂ? ਕਿਉਂਕਿ ਥੋੜੇ ਜਿਹੜੇ ਕਿਸਾਨ ਨਵੇਂ ਆ, ਉਹਨਾਂ ਨੂੰ ਵੀ ਇਹ ਹੁੰਦਾ ਕਿ ਘੱਟੋ ਘੱਟ ਆਪਾਂ ਨੂੰ ਅੰਦਾਜ਼ਾ ਹੋ ਜਾਵੇ, ਆਪਾਂ ਵੀ 4 ਮਹੀਨਿਆਂ ਦੀ ਇਹ 5 ਮਹੀਨਿਆਂ ਦੀ ਖੇਤੀ ਕਰਨ ਲੱਗੇ ਆ, ਇਹਦੇ ਵੀ ਮਿਹਨਤ ਵੀ ਬਹੁਤ ਜ਼ਿਆਦਾ ਆ, ਤੇ ਇਹਦੇ ਵਿੱਚ ਆਪਾਂ ਨੂੰ ਕਿੰਨਾ ਕੁ ਬੈਨੀਫਿਟ ਹੋਣ ਵਾਲਾ? ਵੇਖੋ ਜੀ, ਆਪਣੇ ਮਤਲਬ ਜੋ ਵੀ ਖਰਚਾ ਵਾ ਨਾ, ਖਰਚਾ ਇਹ ਇੱਕ ਵਾਰ ਜਦੋਂ ਆਪਾਂ ਲਗਾਉਂਦੇ ਆ, ਖਰਚੇ ਜ਼ਰੂਰ ਆਉਂਦਾ ਹੈ, ਜ਼ਿਆਦਾ ਆਉਂਦਾ ਜੀ, ਜ਼ਿਆਦਾ ਆਉਂਦਾ, ਤੇ ਲੇਕਿਨ ਆਪਾਂ ਆਪਣੀ ਮਿਹਨਤ ਦੇ ਹਿਸਾਬ ਨਾਲ ਔਰ ਇਸ ਦਾ ਹਵਾ ਪਾਣੀ ਜੋ ਵੀ ਸਾਰਾ ਕੁਝ ਸੈੱਟ ਕਰਕੇ ਇਸ ਦੀ ਜੋ ਆਮਦਨ ਆ, ਜਿਸ ਤਰ੍ਹਾਂ ਮੰਨ ਲਓ 1 ਲੱਖ ਰੁਪਈਆ ਲੱਗਾ, ਇਸ ਦਾ ਖਰਚਾ 1 ਲੱਖ ਰੁਪਈਆ ਆਉਂਦਾ, ਉਸ ਤੋਂ ਆਪਾਂ 2 ਲੱਖ, 2.5 ਲੱਖ, 2.5 ਲੱਖ ਰੁਪਈਏ ਤੱਕ ਆਪਣੀ ਆਮਦਨ ਕਰ ਸਕਦੇ ਹਾਂ। ਜੋ ਕਿ ਜਿੱਦਾਂ ਮੰਨ ਲਓ 3-4 ਮਹੀਨੇ ਦਾ ਆਪਣਾ ਸੀਜ਼ਨ ਆ, ਉਹਦੇ ਵਿੱਚ ਆਪਾਂ ਨੂੰ 1-1.5 ਲੱਖ ਰੁਪਈਆ ਬਚਤ ਜੋ ਕਮਾਈ ਹੈਗੀ ਆ। ਤੇ ਤੁਸੀਂ ਇਸ ਸ਼ੈੱਡ ਦੇ ਵਿੱਚ ਕਿੰਨੇ ਬੰਦੇ ਕੰਮ ਕਰਦੇ ਹੋ ਇਸ ਕੰਮ ਨੂੰ ਮੈਨੇਜ ਕਰਨ ਦੇ ਲਈ, ਮਾਰਕੀਟ ਕਰਨ ਦੇ ਲਈ? ਵੇਖੋ ਜੀ, ਸਾਡੇ 4 ਬੰਦੇ ਜੋ ਆ ਉਹ ਲਗਾਤਾਰ ਡੇਲੀ ਮਤਲਬ ਇਹਦੇ ਵਿੱਚ ਕੰਮ ਕਰਦੇ ਪੈਕਿੰਗ ਕਰਦੇ। ਹਾਂ, 4 ਬੰਦੇ ਅਸੀਂ ਮਤਲਬ ਇਸ ਦੀ ਤੜਾਈ ਕਰਦੇ ਆ, 1 ਬੰਦਾ ਸਾਡਾ ਪੱਕਾ ਇਸ ਸ਼ੈੱਡ ਦੇ ਵਿੱਚ ਰਹਿੰਦਾ ਹੈ, ਉਸਨੇ ਇਸ ਦਾ ਹਵਾ ਪਾਣੀ, ਟੈਂਪਰੇਚਰ,
और नमी वगैरा सारा कुछ उस बंदे ने वेखना वा अपना मतलब किन्ना इस पानी इनू किन्ना पानी की जरूरत आ, किन्नी हवा की जरूरत आ। हुण मान लो जिदा गर्मी चल रही आ, असी इस दी जो भी आ जो गलियां इन्हां दियां बणियां होईआं इस दे विच तीन टाइम पानी लगाउने आ। साइडां ते जो पराली लगी होई उस नूं तीन चार टाइम पानी लगा के इसका टैंपरेचर कंट्रोल कर रहे हैं। और इसका जो मान लो कार्बन डाइऑक्साइड वगैरह या गर्मी की जो हवा अंदर आउंदी आ उसनूं कढ़न लई कूलर वगैरह या डस्ट फैन वगैरह लगा के इसका टैंपरेचर जो कंट्रोल किया है। ठीक है जी। किसान भरावो किसी भी काम दे विच बढ़न तो पहला उहदियां कुछ बरीकियां का जरूरी पता होना आपां नूं जरूरी हुंदा, पर जिस तरह पंजाब दे मेहनती किसान इन्हां कामां वल वध रहे इन्हां सारिआं नूं सलाघा करनी बनदी है, इन्हां नूं एप्रीशिएट करना भी अपना काम आ। पर जिस तरह अपने चैनल ते खेती दे नाल संबंधित तुसीं वीडियो देखदे हो उसे तरह ही यह खेती दे नाल सहायक दे तौर ते आपां वीडियो बनाउण दी कोशिश कीती है, जिथे तुहानूं मोटीवेशन मिली होवेगी, तुहानूं भी जाग लग्गिया होवेगा। जिहड़े किसान भीर इस काम दे विच आउणा चाहीदे बाई जी नूं मिल सकदे हो, तुसीं होर प्रोग्रेसिव फार्मर नूं मिल सकदे हो, ते जेकर नवें हो तां अपना चैनल सबसक्राइब कर सकदे हो, बैल आइकन नूं क्लिक कर सकदे हो तां कि हर नवीं वीडियो खेतीबाड़ी दे नाल जुड़ी हुई तुहानूं सब तों पहलां तुहानूं अपने मोबाइल दे उप्पर मिलदी रहे। धन्नवाद जी।